ਸਤਿ ਸ਼੍ਰੀ ਅਕਾਲ ਜੀ, ਮੈਂ ਸਵਾਤੀ ਸਕਸੈਨਾ, ਚੜ੍ਹਦੀਗਲਾ ਟਾਈਮ ਟੀਵੀ ਨਿਊਜ਼ ਵੇਖ ਰਹੇ ਆਪ ਸਭ ਦਾ ਸਵਾਗਤ ਕਰਦੇ ਹਾਂ। ਖਬਰਾਂ ਸ਼ੁਰੂਆਤ ਕਰਾਂਗੇ ਪ੍ਰਿੰਟ ਨਜ਼ਰ ਹੈਡਲਾਈਨਸ ਤੇ। ਜਾਮੀਆ ਹਿੰਸਾ ਤੇ ਸੁਪਰੀਮ ਕੋਰਟ ਸਖ਼ਤ, ਕਿਹਾ ਹਿੰਸਾ ਰੁਕੇਗੀ ਤਾਂ ਹੋਵੇਗੀ ਸੁਣਵਾਈ। ਉਧਰ ਜਾਮੀਆ ਯੂਨੀਵਰਸਿਟੀ 5 ਜਨਵਰੀ ਤੱਕ ਬੰਦ। ਜਾਮੀਆ ਤੋਂ ਬਾਅਦ ਲਖਨਊ ਦੇ ਨਦਵਾ ਕਾਲਜ ਵਿਚ ਬਵਾਲ, ਪੁਲਿਸ ਤੇ ਵਿਦਿਆਰਥੀ ਵਿਚਾਲੇ ਝੜਪ, ਜਵਾਬ ਵਿਚ ਪੁਲਿਸ ਵੱਲੋਂ ਵੀ ਵਿਦਿਆਰਥੀ ਨੂੰ ਸੁੱਟੇ ਗਏ ਪੱਥਰ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਮੋਦੀ ਸਰਕਾਰ ਤੇ ਦੋਸ਼, ਕਿਹਾ ਤਾਨਾਸ਼ਾਹ ਸਰਕਾਰ ਦਬਾਉਣਾ ਚਾਹੁੰਦੀ ਹੈ ਵਿਦਿਆਰਥੀਆਂ ਦੀ ਆਵਾਜ਼। ਉਨਾਵ ਰੇਪ ਕੇਸ, ਕੁਲਦੀਪ ਸਿੰਗਰ ਨੂੰ ਸਜ਼ਾ ਹੋਵੇਗੀ ਜਾਂ ਨਹੀਂ, ਦਿੱਲੀ ਦੀ ਇੱਕ ਅਦਾਲਤ ਅੱਜ ਸੁਣਾ ਸਕਦੀ ਹੈ ਆਪਣਾ ਫੈਸਲਾ। ਝਾਰਖੰਡ ਵਿਧਾਨ ਸਭਾ ਚੋਣਾਂ ਚੌਥੇ ਪੜਾਅ ਲਈ ਵੋਟਿੰਗ ਜਾਰੀ। ਚੌਥੇ ਪੜਾਅ ਵਿਚ 23 ਮਹਿਲਾ ਉਮੀਦਵਾਰਾਂ ਸਮੇਤ 221 ਉਮੀਦਵਾਰ ਚੋਣ ਮੈਦਾਨ ਵਿਚ। ਬਿਆਸ ਦੇ ਇਕ ਨਿੱਜੀ ਸਕੂਲ ਵਿਚ ਦੂਸਰੀ ਜਮਾਤ ਦੇ ਵਿਦਿਆਰਥਣ ਨਾਲ ਹੋਏ ਜਬਰ ਜੁਲਾਮ ਦੇ ਰੋਸ ਵਜੋਂ ਅੱਜ ਵੱਡੀ ਗਿਣਤੀ ਲੋਕਾਂ ਵੱਲੋਂ ਨੈਸ਼ਨਲ ਹਾਈਵੇ ਜਾਮ, ਸਕੂਲ ਮੈਨੇਜਮੈਂਟ ਦੇ ਵਿਰੁੱਧ ਮਾਮਲਾ ਦਰਜ ਕਰਾਉਣ ਦੀ ਮੰਗ। ਖਬਰਾਂ ਸ਼ੁਰੂਆਤ ਕਰਾਂਗੇ। ਜਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਹੋਈ ਹਿੰਸਾ ਦਾ ਮਾਮਲਾ ਸੁਪਰੀਮ ਕੋਰਟ ਵਿਚ ਪਹੁੰਚ ਗਿਆ। ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਇੰਦਰਾ ਜੈ ਸਿੰਘ ਨੇ ਵਿਦਿਆਰਥੀਆਂ ਦੇ ਸਮਰਥਨ ਵਿਚ ਪਟੀਸ਼ਨ ਦਾਖਲ ਕਰਦਿਆਂ ਕਿਹਾ ਕਿ ਜਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਮਨੁੱਖੀ ਅਧਿਕਾਰ ਦੀ ਗੰਭੀਰ ਉਲੰਘਣਾ ਹੋਈ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਮੰਗਲਵਾਰ ਨੂੰ ਸੁਣਵਾਈ ਕਰਨ ਤੇ ਸਹਿਮਤੀ ਜਤਾਈ ਹੈ, ਪਰ ਇਹ ਨਿਰਦੇਸ਼ ਦਿੱਤਾ ਹੈ ਕਿ ਹਿੰਸਾ ਰੁਕਣੀ ਚਾਹੀਦੀ ਹੈ। ਚੀਫ਼ ਜਸਟਿਸ ਐਸ ਏ ਬੋਬੜੇ ਨੇ ਆਖਿਆ ਕਿ ਅਸੀਂ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਵਿਰੁੱਧ ਨਹੀਂ ਹਾਂ ਅਤੇ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ। ਉਨ੍ਹਾਂ ਆਖਿਆ ਕਿ ਅਸੀਂ ਕਿਸੇ ਨੂੰ ਵੀ ਦੋਸ਼ੀ ਨਹੀਂ ਦੱਸ ਰਹੇ ਹਾਂ, ਬਸ ਅਸੀਂ ਕਹਿ ਰਹੇ ਹਾਂ ਕਿ ਹਿੰਸਾ ਰੁਕਣੀ ਚਾਹੀਦੀ ਹੈ। ਅਸੀਂ ਕਿਸੇ ਦੇ ਵਿਰੁੱਧ ਕੁਝ ਨਹੀਂ ਕਹਿ ਰਹੇ ਹਾਂ, ਅਸੀਂ ਇਹ ਵੀ ਨਹੀਂ ਕਹਿ ਰਹੇ ਹਾਂ ਕਿ ਪੁਲਿਸ ਜਾਂ ਵਿਦਿਆਰਥੀ ਨਿਰਦੋਸ਼ ਨੇ। ਚੀਫ਼ ਜਸਟਿਸ ਨੇ ਆਖਿਆ ਕਿ ਤੁਸੀਂ ਵਿਦਿਆਰਥੀ ਹੋ, ਇਸ ਲਈ ਤੁਹਾਨੂੰ ਹਿੰਸਾ ਦਾ ਅਧਿਕਾਰ ਨਹੀਂ ਮਿਲ ਜਾਂਦਾ। ਉਨ੍ਹਾਂ ਆਖਿਆ ਕਿ ਜੇਕਰ ਹਿੰਸਾ ਨਹੀਂ ਰੁਕੀ ਤਾਂ ਉਹ ਇਸ ਮਾਮਲੇ ਵਿੱਚ ਸੁਣਵਾਈ ਨਹੀਂ ਕਰਨਗੇ। ਉਥੇ ਜਾਮੀਆ ਨਗਰ ਵਿਚ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਲੰਘੇ ਦਿਨ ਹੋਏ ਹਿੰਸਕ ਪ੍ਰਦਰਸ਼ਨ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ 2 FIR ਦਰਜ ਕੀਤੀਆਂ ਨੇ। ਦਿੱਲੀ ਪੁਲਿਸ ਨੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਦੰਗਾ ਫੈਲਾਉਣ ਦੇ ਦੋਸ਼ ਵਿਚ ਇਹ ਮਾਮਲੇ ਦਰਜ ਕੀਤੇ ਨੇ। ਲੰਘੇ ਦਿਨ ਹੋਏ ਭਾਰੀ ਪ੍ਰਦਰਸ਼ਨ ਤੋਂ ਬਾਅਦ ਜਾਮੀਆ ਮਿਲੀਆ ਇਲਸਾਨੀਆ ਯੂਨੀਵਰਸਿਟੀ ਵਿਚ 5 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ। ਛੁੱਟੀਆਂ ਦੇ ਐਲਾਨ ਤੋਂ ਬਾਅਦ ਹੁਣ ਵਿਦਿਆਰਥੀਆਂ ਨੇ ਕੈਂਪਸ ਛੱਡਣਾ ਸ਼ੁਰੂ ਕਰ ਦਿੱਤਾ। ਅੱਜ ਸਵੇਰੇ ਕਈ ਵਿਦਿਆਰਥੀ ਘਰਾਂ ਨੂੰ ਵਾਪਸ ਪਰਤਦੇ ਹੋਏ ਵਿਖਾਈ ਦਿੱਤੇ। ਉਧਰ ਦਿੱਲੀ ਦੀ ਜਾਮੀਆ ਯੂਨੀਵਰਸਿਟੀ ਵਿਚ ਬਵਾਲ ਤੋਂ ਬਾਅਦ ਹੁਣ ਲਖਨਊ ਵਿਚ ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਝੜਪ ਦੀ ਖਬਰ ਹੈ। ਲਖਨਊ ਦੇ ਨਦਵਾ ਕਾਲਜ ਵਿਚ ਵਿਦਿਆਰਥੀਆਂ ਨੇ ਪੁਲਿਸ ਤੇ ਪੱਥਰਬਾਜ਼ੀ ਕੀਤੀ ਹੈ, ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਸ਼ਾਂਤੀ ਕਰਾਉਣ ਲਈ ਜੁਟੀ ਹੋਈ ਹੈ। ਜਵਾਬ ਵਿਚ ਪੁਲਿਸ ਵੱਲੋਂ ਵੀ ਵਿਦਿਆਰਥੀ ਦੇ ਪੱਥਰ ਸੁੱਟੇ ਗਏ ਨੇ। ਉਧਰ ਕਾਂਗਰਸੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਰਕਾਰ ਤੇ ਤਾਨਾਸ਼ਾਹੀ ਤਰੀਕਾ ਅਪਣਾ ਕੇ ਵਿਦਿਆਰਥੀਆਂ ਦੀ ਆਵਾਜ਼ ਦਬਾਉਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਯੂਨੀਵਰਸਿਟੀਆਂ ਵਿਚ ਦਾਖਲ ਹੋ ਕੇ ਪੁਲਿਸ ਵਿਦਿਆਰਥੀਆਂ ਦਾ ਦਮਨ ਕਰ ਰਹੀ ਹੈ। ਪ੍ਰਿਯੰਕਾ ਨੇ ਅੱਜ ਟਵੀਟ ਵਿਚ ਕਿਹਾ ਹੈ ਕਿ ਦੇਸ਼ ਦੀ ਯੂਨੀਵਰਸਿਟੀਆਂ ਵਿਚ ਦਾਖਲ ਹੋ ਕੇ ਵਿਦਿਆਰਥੀਆਂ ਨੂੰ ਕੁੱਟਿਆ ਜਾ ਰਿਹਾ ਹੈ। ਜਿਸ ਸਮੇਂ ਸਰਕਾਰ ਨੂੰ ਅੱਗੇ ਵਧ ਕੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ, ਉਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਸਰਕਾਰ ਪੂਰਬ ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਵਿਦਿਆਰਥੀਆਂ ਤੇ ਪੱਤਰਕਾਰਾਂ ਦੇ ਦਮਨ ਰਾਹੀਂ ਆਪਣੀ ਮੌਜੂਦਗੀ ਦਰਜ ਕਰਵਾ ਰਹੀ ਹੈ। ਉਨ੍ਹਾਂ ਨੇ ਮੋਦੀ ਸਰਕਾਰ ਦੇ ਨਿਸ਼ਾਨਾ ਸਾਧਦੇ ਹੋਏ ਲੋਕਾਂ ਦੀ ਗੱਲ ਨਹੀਂ ਸੁਣਨ ਦਾ ਦੋਸ਼ ਲਗਾਇਆ ਅਤੇ ਉਸ ਨੂੰ ਕਾਇਰ ਕਰਾਰ ਦਿੱਤਾ। ਉਨ੍ਹਾਂ ਨੇ ਆਖਿਆ ਕਿ ਇਹ ਸਰਕਾਰ ਕਾਇਰ ਹੈ, ਉਹ ਜਨਤਾ ਦੀ ਆਵਾਜ਼ ਤੋਂ ਡਰਦੀ ਹੈ। ਪ੍ਰਿਯੰਕਾ ਨੇ ਆਖਿਆ ਕਿ ਇਸ ਦੇਸ਼ ਦੇ ਨੌਜਵਾਨਾਂ ਉਨ੍ਹਾਂ ਦੇ ਸਾਹਸ ਅਤੇ ਉਨ੍ਹਾਂ ਹਿੰਮਤ ਨੂੰ ਆਪਣੀ ਖੋਖਲੀ ਤਾਨਾਸ਼ਾਹੀ ਤੋਂ ਦਬਾਉਣਾ ਚਾਹੁੰਦੀ ਹੈ। ਇਹ ਭਾਰਤੀ ਨੌਜਵਾਨ ਨੇ ਸੁਣ ਲਵੋ, ਮੋਦੀ ਜੀ ਇਹ ਦਬੇਗਾ ਨਹੀਂ, ਇਸ ਦੀ ਆਵਾਜ਼ ਤੁਹਾਨੂੰ ਅੱਜ ਨਹੀਂ ਤਾਂ ਕੱਲ ਸੁਣਨੀ ਹੀ ਪਵੇਗੀ। ਹੁਣ ਵਧਦੇ ਅੱਗੇ ਖਬਰ। ਪਾਰਟੀ ਵਿਚੋਂ ਕੱਢੇ ਗਏ ਭਾਜਪਾ ਵਿਧਾਇਕ ਕੁਲਦੀਪ ਸਿੰਗਰ ਤੇ 2017 ਵਿਚ ਲੱਗੇ ਅਗਵਾ ਅਤੇ ਰੇਪ ਦੇ ਦੋਸ਼ ਦੇ ਮਾਮਲੇ ਵਿਚ ਦਿੱਲੀ ਦੀ ਇੱਕ ਅਦਾਲਤ ਅੱਜ ਫੈਸਲਾ ਸੁਣਾਏਗੀ।
कैमरे के सामने चलने वाली कार्रवाई विच जिला जज धर्मेश शर्मा ने आख्या सी कि ओ मुकदमे विच सीबीआई अते दोषी पक्ष दीआं दलीलां सुनन तो बाद 16 दसंबर नूं फैसला सुना सकदे ने। सुप्रीम कोर्ट दे हुकम दे मुकदमे नूं लखनऊ तो दिल्ली ट्रांसफर किते जाण तो बाद जज ने 5 अगस्त तो रोजाना मुकदमे की सुनवाई की थी। सिंगर ते दोष है कि उसने 2017 विच उनाव विच एक नाबालिग कुड़ी नूं अगवा करके उस नाल रेप किया। मुकदमे विच सह दोषी शशि सिंह ते सिंगर की मदद नाल दा करन दा दोष है। उधर पीड़िता दे वकील ने आख्या कि अदालत ने इस्तगासा पक्ष के 13 गवाहां ते बचाव पक्ष के 9 गवाहां दे बयान रिकॉर्ड किए सन। भाजपा टिकट ते विधायक रहे सिंगर नूं अगस्त 2019 विच पार्टी विचों कढ दिता गया सी। इत्थे दस दईए कि कोर्ट ने अपराधिक साजिश रचन अगवा रेप अते पोक्सो एक्ट दीआं धाराएं तहत भी सिंगर विरुद्ध दोष तय किए सन। जिला जज धर्मेश शर्मा ने पीड़िता के पिता नूं 2018 विच हथियारबंद एक्ट तहत दोषी बनाउण अते उन्हां ते मामला करन दे मामले विच भी सिंगर अते होरना विरुद्ध दोष तय किए सन। झारखंड विच चौथे पड़ा दीआं 15 विधानसभा सीटां लई चोणां सख्त सुरक्षा विचकार सवेरे 7 बजे तों शुरू हो गईआं जो कि शाम 5 बजे तक जारी रहणगीआं। इत्थे मधुपुर, देवघर, बगोदर, जमुआ, गांडिया, गिरडीह, डुमरी, बोकारो, चंद्र क्यारी, सिंदरी, निरसा, धनबाद, झरिया, टुंडी अते बागमारा विच सवेरे 7 बजे तों दुपहर 3 बजे तक चोणां होणगीआं। वोटरां दीआं लंबी लाइनां लगियां होईआं ने। चौथे पड़ाव विच 23 महिला उम्मीदवारां समेत 221 उम्मीदवार चोण मैदान विच ने। इस तहत बोकारो सीट तों सब तों ज्यादा उम्मीदवार चोण दंगल विच ने अते निरसा सीट लई सब तों घट उम्मीदवार चोण लड़ रहे ने। हुण वधदे आं पंजाब दे खबरां वल। बीते दिन ब्यास दे एक निजी स्कूल विच दूसरी जमात दे विद्यार्थी नाल होए जबर जनाह दे रोस वजो अज वड्डी गिणती विच इलाका वासी स्कूल दे मूहरे एकत्र होए अते उन्होंने इस मामले विच स्कूल मैनेजमेंट दे विरुद्ध मामला दर्ज कराउण दी मांग कीती है। स्कूल मैनेजमेंट दे विरुद्ध मामला ना दर्ज होण विरोध विच उन्होंने नैशनल हाईवे नूं दोहां पासिआं तों जाम कर दित्ता है जिस कारण आवाजाई काफी प्रभावित हुई है। उत्थे ही मौके ते वड्डी गिणती विच पुलिस फोर्स तैनात है। फ्राइडे में एक लड़की ना दूसरी कशा दी ना रेप होया। नौवीं कशा दसवीं क्लास के लड़के ने किया रेप। सानू किसी पेरेंट्स नू पता नहीं, सानू फेसबुक के माध्यम राही पता लगा। शनिवार नू जदों सानू पता लगा तो अं इस संबंधी अपने बच्चों को पूछा। बच्चों स्कूल प्रशासन वालों कहा गया है कि इतने कबूतर मरिया जी, कबूतर मरना ब्लड डिगा तो घर जाके कोई ना दस्यो। ये सारी इतों के फादर की करतूत है जी। ये फादर सारी दुनिया का बनता है, फादर अपने लायक नहीं है। साढ़े बच्चे किसान हस हस के खिड़खड़ा के गल करता। सच फ्राइडे की यदि इंटरव्यू आ ऑनलाइन आ फेसबुक से कि जोड़ा इतने से छेड़छाड़ का मुद्दा उठा जो तो खून डिगा वा तू उदों नहीं दिता। इतने मुद्दा छेड़छाड़ ही कहदा मुद्दा है। वो मुद्दा तो इन्होंने उजागर नहीं किया। हूँ अंदर बैठे आ कोई न्याय नहीं दे रहे। सारे पब्लिक जोड़े भी माँ बाप आ डरे हुए इतने स्कूल अपने बच्चे नहीं भेज रहे। इस कारण जाम लगा हुआ वो अंदरों नहीं बाहर आया। प्रशासन कह रहा अज कार्रवाई करांगे जे शुक्रवार की गल हाले तीन फादर से कार्रवाई क्यों। पंजाब पावरकॉम वालों सुप्रीम कोर्ट के फैसले तो बाद निजी पावर प्रोजेक्टा नूं कोला ढुआई के बदले की गई 1,424 करोड़ की अदायगी जिसकी रिकवरी राज दे बिजली खपतकारां कोलों किए जाने की पटीशन पहला ही रेगुलेटरी कमिशन कोल हुक्मां लई लंबित है। दे नाल नाल अगले वित्तीय साल लई पावरकॉम वालों टैरिफ विच की गई 17% वाधे की मंग नाल जिथे साल 2020 राज दे बिजली खपतकारां ते भारी पैन जा रहा है। उते ही पावरकॉम ने राज दीआं 12 नगर परिषदां अते 6 नगर पंचायतां दे निवासी खपतकारां नूं नवें साल तों पहलां इक होर झटका दे दित्ता है। पंजाब सरकार दे स्थानक सरकारां विभाग वल्लों नोटिफिकेशन जारी करन तों बाद हुण पावरकॉम ने इन्हां खपतकारां तों बिजली खपत ते 2 पैसे प्रति यूनिट काऊ सैस वसूलन दे हुक्म जारी कीते ने। इन्हां हुक्मां अनुसार काऊ सैस दी इह रिकवरी स्थानक सरकारां विभाग वल्लों बीती 7 नवंबर नूं जारी नोटिफिकेशन तों लागू मन्नी जावेगी। अज अमृतसर विखे दवाइयां दी नजायज ऑनलाइन विक्री दे मामले नूं लै के पंजाब कैमिस्ट एसोसीएशन वल्लों एक मंग पत्र जिला जोनल ड्रग अथॉरिटी विकास सहदेव नूं दिता गया जिस विच इह मंग कीती गई है कि जिहड़ियां भी ऑनलाइन इलीगल पोर्टल ते दवाइयां वेचियां जा रहियां ने उन्हां ते कार्रवाई कीती जावे जिस ते जोनल ड्रग अथॉरिटी वल्लों कार्रवाई करन दी सहमति जताई गई है। ਜਿਹੜਾ ਕਿ ਡਰੱਗ ਕੰਟਰੋਲਰ ਆਫ ਇੰਡੀਆ ਨੇ ਇੱਕ ਪੱਤਰ ਜਾਰੀ ਕੀਤਾ ਕਿ ਜਿਹੜੀਆਂ ਵੀ ਇਲੀਗਲ
होटल के उत्ते दवाइया वेच रहे हैं, उन्होंने उत्ते कार्रवाई की जाए। पंजाब कैमिस्ट एसोसीएशन ने ऑल इंडिया ऑर्गेनाइजेशन ऑफ कैमिस्ट एंड ड्रग्स की हदायतों के अनुसार असी अज सारे ही हिंदुस्तान दे विच सारे ही ड्रग कंट्रोलर्स जोनल अथॉरिटी ड्रग इंस्पैक्टर्स नूं असी एक मंग पत्र दे रहे हैं। अज असी अपने अमृतसर दे जोनल ड्रग कंट्रोलर रादर असी करण सचदेवा जी नूं अज एक मंग पत्र दिता। उन्हां तों इह डिमांड कीती है कि जिहड़े वी इलीगल दवाइयां दी यूज़ कर रहे ने वो हाई कोर्ट दिल्ली हाई कोर्ट ते दूजी कोर्टां दी वेलां कर रहे ने ते उन्हां ते तुरंत कार्रवाई कीती जावे। चढ़दी कला टाइम टीवी ते चल रही सहज पाठ की रिकॉर्डिंग राही श्री गुरु ग्रंथ साहिब जी दे पंजवें श्री सहज पाठ जी की संपूर्णता अते छेवें श्री सहज पाठ जी की आरंभता की खुशी विच पटियाला दे गुरुद्वारा साहिबान विच विशेष गुरमत संग करवाया गया। इस मौके ज्ञानी साहिब जी मारकंडा वाले जी वालों कथा उपरंत पंथ प्रसिद्ध महापुरखां रागी ढाडी कीर्तनी जथियां वालों कीर्तन किया गया। इस मौके ज्ञानी साहिब सिंह जी मारकंडा वाले जी वालों श्री गुरु ग्रंथ साहिब जी के पंजवें श्री सहज पाठ जी की संपूर्णता और छेवें श्री सहज पाठ जी की आरंभता की अरदास की गई। इस मौके अदारा चढ़दी कला के चेयरमैन सरदार जगजीत सिंह दर्दी जी विशेष तौर पर शामिल होए। इस समागम में वड्डी गिनती संगतां नतमस्तक होईयां अते उग्गियां शख्सियतां ने समागम विच अपनी हाजरी लगवाई। सतगुरु की कृपा सदका दरबार साहब श्री हरिमंदर साहब तो चढ़दी कला टाइम टीवी उत्ते श्री गुरु ग्रंथ साहब जी की पवित्र बाणी के सहज पाठ की प्रारंभता हुई, जिसनों लखां लखां लोगों ने केवल पंजाब या हिंदुस्तान विच नहीं सगो सारे संसार विच सरवण किया। गुरबाणी का पाठ जिस ढंग नाल सिंह साहब ज्ञानी साहिब सिंह जी ने किया ਤਾਂ ਦੇਖਣ ਅਤੇ ਸੁਣਨ ਵਾਲੀਆਂ ਸੰਗਤਾਂ ਨੂੰ ਸਹਿਜ ਹੀ ਇਸ ਦੇ ਅਰਥ ਭਾਵ ਸਮਝ ਆਉਣ ਲੱਗੇ। ਬਹੁਤ ਸਾਰੀਆਂ ਸੰਗਤਾਂ ਜੋ ਗੁਰਮੁਖੀ ਨਹੀਂ ਸਨ ਜਾਣਦੀਆਂ ਜਾਂ ਗੈਰ ਸਿੱਖ ਲੋਕ ਇਸ ਬਾਣੀ ਦੇ ਪਾਠ ਤੋਂ ਸੁਣਦੇ ਸਨ ਤਾਂ ਚੜ੍ਹਦੀ ਕਲਾ ਟਾਈਮ ਟੀ ਵੀ ਦੀ ਸਕਰੀਨ ਉੱਤੇ ਜਦੋਂ ਬਾਣੀ ਪੜ੍ਹੀ ਜਾਂਦੀ ਹੈ ਤਾਂ ਨਾਲ ਉਸ ਦੇ ਹੇਠਾਂ ਉਹ ਪੰਕਤੀਆਂ ਗੁਰਮੁਖੀ ਵਿੱਚ ਲਿਖੀਆਂ ਵੀ ਵੇਖਣ ਨੂੰ ਮਿਲਦੀਆਂ ਹਨ, ਜਿਸ ਨਾਲ ਸਹਿਜ ਹੀ ਲੱਖਾਂ ਲੋਕਾਂ ਨੂੰ ਪੰਜਾਬੀ ਪੜ੍ਹਨ, ਪੰਜਾਬੀ ਸਮਝਣ ਅਤੇ ਪੰਜਾਬੀ ਬੋਲਣ ਦਾ ਸੁਭਾਗ ਪ੍ਰਾਪਤ ਹੋਇਆ। ਅੱਜ ਦਾ ਦਿਨ ਮੁਬਾਰਕ ਦਿਨ ਹੈ ਜਦੋਂ ਅਸੀਂ ਸਾਰੇ ਗੁਰੂ ਦੀ ਗੋਦ ਵਿੱਚ ਬੈਠ ਕੇ ਇਸ ਛੇਵੇਂ ਪਾਠ ਦੀ ਪ੍ਰਾਰੰਭਤਾ ਕਰ ਰਹੇ ਹਾਂ। ਮੈਂ ਅਰਦਾਸ ਕਰਦਾ ਹਾਂ ਕਿ ਜੋ ਜੋ ਇਸ ਬਾਣੀ ਦਾ ਪਾਠ ਸੁਣੇ ਉਸਦਾ ਜਨਮ ਸਫਲ ਹੋਏ, ਨਾਲ ਹੀ ਸਤਿਗੁਰੂ ਜੀ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਜੀ ਨੂੰ ਸਿਹਤਯਾਬੀ ਬਖਸ਼ਣ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਦੇ ਤਜਰਬੇ ਅਤੇ ਅਨੁਭਵਾਂ ਅਨੁਸਾਰ ਦੁਨੀਆ ਦੇ ਕੋਨੇ ਕੋਨੇ 'ਚ ਜਾ ਕੇ ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਦੇ ਅਰਥ ਭਾਵ ਅਤੇ ਆਪਣੀ ਮਿੱਠੀ ਰਸਨਾ ਨਾਲ ਗੁਰਬਾਣੀ ਸੁਣਾਉਣ ਦਾ ਇਹ ਸੋਹਣਾ ਉੱਦਮ ਸ਼ੁਰੂ ਕੀਤਾ ਹੋਇਆ ਹੈ। ਪੰਜਾਬ ਭਰ ਵਿੱਚ 2 ਦਿਨ ਪਏ ਭਾਰੀ ਮੀਂਹ ਕਾਰਨ ਜਿੱਥੇ ਠੰਡ ਵਿੱਚ ਕਾਫੀ ਵਾਧਾ ਹੋਇਆ ਉੱਥੇ ਹੀ ਪੈ ਰਹੀ ਸੰਘਣੀ ਧੁੰਦ ਨੇ ਵੀ ਜਨ ਜੀਵਨ ਤੇ ਕਾਫੀ ਅਸਰ ਪਾਇਆ। ਇਸ ਦੌਰਾਨ ਜੇਕਰ ਗੱਲ ਪਠਾਨਕੋਟ ਦੀ ਕੀਤੀ ਜਾਵੇ ਤਾਂ ਪੂਰਾ ਸ਼ਹਿਰ ਧੁੰਦ ਦੀ ਚਿੱਟੀ ਚਾਦਰ ਵਿੱਚ ਲਿਪਟਿਆ ਹੋਇਆ, ਜਿਸ ਕਾਰਨ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ। ਪੈ ਰਹੀ ਸੰਘਣੀ ਧੁੰਦ ਕਾਰਨ ਲੋਕਾਂ ਦਾ ਸੜਕਾਂ ਤੇ ਤੁਰਨਾ ਮੁਸ਼ਕਿਲ ਹੋ ਗਿਆ ਅਤੇ ਆਵਾਜਾਈ ਘੱਟ ਗਈ ਹੈ। ਧੁੰਦ ਦੇ ਨਾਲ ਨਾਲ ਕੋਹਰਾ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ। ਸਵੇਰ ਦੇ ਸਮੇਂ ਪੈ ਰਹੀ ਧੁੰਦ ਕਾਰਨ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਆਪਣੀਆਂ ਗੱਡੀਆਂ ਦੀਆਂ ਬੱਤੀਆਂ ਜਗਾ ਕੇ ਸਫ਼ਰ ਕਰਨਾ ਤੈਅ ਕੀਤਾ। ਠੰਡ ਤੋਂ ਰਾਹਤ ਪਾਉਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਨੇ। ਦੂਸਰੇ ਪਾਸੇ ਧੁੰਦ ਕਾਰਨ ਰੇਲ ਗੱਡੀਆਂ ਦੀ ਰਫ਼ਤਾਰ ਵੀ ਹੌਲੀ ਹੋ ਗਈ ਹੈ। ਮੌਸਮ ਦੇ ਬਦਲ ਰਹੇ ਮਿਜ਼ਾਜ ਨੂੰ ਵੇਖਦੇ ਹੋਇਆਂ ਲੋਕਾਂ ਨੇ ਮੰਗ ਕੀਤੀ ਕਿ ਸੰਘਣੀ ਧੁੰਦ ਕਾਰਨ ਹਾਦਸਿਆਂ ਦਾ ਖਤਰਾ ਕਾਫੀ ਵੱਧ ਗਿਆ, ਜਿਸ ਨੂੰ ਵੇਖਦੇ ਹੋਇਆਂ ਸਕੂਲਾਂ ਨੂੰ ਛੁੱਟੀਆਂ ਕਰ ਦੇਣੀ ਚਾਹੀਦੀਆਂ ਨੇ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਠੰਡ ਦਾ ਹੋਰ ਜ਼ਿਆਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਸੋ ਜਨਾਬ ਸਿਮੰਦੋ ਆ ਗਿਆ, ਧੰਨਵਾਦ।